ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਗੱਲ ਕਰਾਂਗੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਇਸ ਵੇਲੇ ਕਿਵੇਂ ਦੀ ਰਹੇਗੀ। ਆਮ ਆਦਮੀ ਪਾਰਟੀ ਨੇ ਆਪਣੇ ਹੀ ਲੀਡਰਾਂ ਦੇ ਸਾਹ ਸੁਕਾ ਦਿੱਤੇ ਨੇ। ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਅਤੇ 8 ਉਮੀਦਵਾਰ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਨੇ। ਇਹਨਾਂ ਦੇ ਵਿੱਚੋਂ 5 ਕੈਬਨਿਟ ਮੰਤਰੀਆਂ ਨੂੰ ਇਲੈਕਸ਼ਨਾਂ ਦੇ ਵਿੱਚ ਉਤਾਰਿਆ ਗਿਆ ਅਤੇ ਹੁਣ ਅੰਦਰ ਖਾਤੇ ਖਬਰ ਆ ਰਹੀ ਹੈ ਕਿ ਹਰ ਇੱਕ ਵਿਧਾਨ ਸਭਾ ਹਲਕੇ ਦੇ MLA ਉੱਥੋਂ ਦੇ ਹਲਕਾ ਇੰਚਾਰਜ ਅਤੇ ਹੋਰ ਅਹੁਦੇਦਾਰਾਂ ਨੂੰ ਕਿਹਾ ਗਿਆ ਕਿ ਇਹ ਤੁਹਾਡਾ ਇਮਤਿਹਾਨ ਹੈ। ਉਹਨਾਂ ਨੂੰ ਆਖ ਦਿੱਤਾ ਗਿਆ ਕਿ ਆਪਣੇ ਇਲਾਕੇ ਦੇ ਵਿੱਚੋਂ ਲੋਕ ਸਭਾ ਉਮੀਦਵਾਰ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਦੇ ਵਿੱਚ ਕਿੰਨੀ ਕੁ ਕਾਮਯਾਬ ਰਹੂਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਸ ਤਰ੍ਹਾਂ ED ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਮਨ ਕੀਤੇ ਜਾ ਰਹੇ ਨੇ ਅਤੇ ਰਾਘਵ ਚੱਡਾ ਵੀ ਪਿਛਲੇ ਕਈ ਦਿਨਾਂ ਤੋਂ ਗਾਇਬ ਨੇ, ਅਤੇ ਕਿਤੇ ਨਾ ਕਿਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਸਕਣ। ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ, ਪਰ ਸਵਾਲ ਇਹ ਕਿ ਉਹਨਾਂ ਦੇ ਸਾਰੇ ਮੰਤਰੀ ਸਾਹਿਬ, ਸਾਰੇ MLA ਸਾਹਿਬਾਨ ਓਨੀ ਹੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੰਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ। ਆਰੋਪ ਲੱਗਦੇ ਨੇ ਕਿ MLA ਸਾਹਿਬਾਨ ਠੇਕੇਦਾਰਾਂ ਨਾਲ ਰਲ ਗਏ, ਉਹਨਾਂ ਨੂੰ ਠੇਕੇ ਦਵਾਉਣ ਲੱਗ ਪਏ, ਕਮਿਸ਼ਨਾਂ ਖਾਣ ਲੱਗ ਪਏ, ਇਲੀਗਲ ਨਿਰਮਾਣ ਕਰਾਉਣ ਲੱਗ ਪਏ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਲੱਗ ਪਏ ਅਤੇ ਉਹਨਾਂ ਕੰਮਾਂ ਦੀਆਂ ਵੀ ਸਿਫਾਰਿਸ਼ਾਂ ਕਰਨ ਲੱਗ ਗਏ ਜਿਹੜੀਆਂ ਕਿ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ। ਸੁਖਬੀਰ ਬਾਦਲ ਲਗਾਤਾਰ ਆਰੋਪ ਲਗਾ ਚੁੱਕੇ ਨੇ ਕਿ ਨਸ਼ੇ ਵਿਕਾਉਣ ਵਾਸਤੇ ਇਹਨਾਂ ਦੇ ਕਈ MLA ਇਹ ਪੈਸੇ ਲੈਂਦੇ ਨੇ, ਪਰ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਸੁਖਬੀਰ ਬਾਦਲ ਹੀ ਜਾਣਦੇ ਨੇ। ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਅਤੇ 4 ਜੂਨ ਨੂੰ ਆਉਣੇ ਨੇ ਨਤੀਜੇ। ਅੱਜ ਹੀ ਪੰਜਾਬ ਦੇ BJP ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਇਹ ਆਖ ਦਿੱਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਗੱਠਜੋੜ ਕਰਨ ਜਾ ਰਹੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਨੇ ਆਪਣਾ ਕੋਈ ਵੀ ਉਮੀਦਵਾਰ ਹਜੇ ਤੱਕ ਨਹੀਂ ਐਲਾਨਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਚੰਡੀਗੜ੍ਹ, ਦਿੱਲੀ, ਗੋਆ, ਗੁਜਰਾਤ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਇਲੈਕਸ਼ਨ ਲੜ ਰਹੇ ਨੇ। ਹੁਣ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਿਹੜਾ ਕਿ ਜਾਖੜ ਸਾਹਿਬ ਆਰੋਪ ਲਗਾ ਰਹੇ ਨੇ ਕਿ ਇਹ ਦੋਵੇਂ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ ਅਤੇ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਦੇ ਵਿੱਚ ਉਤਾਰੇ ਨੇ ਉਹਨਾਂ ਦੇ ਨਾਮ ਵੀ ਵਾਪਸ ਲੈ ਜਾ ਸਕਦੇ ਨੇ। ਇਹ ਆਰੋਪ ਸੁਨੀਲ ਜਾਖੜ ਵੱਲੋਂ ਲਾਏ ਗਏ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਹੁਣ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣੀਆਂ ਨੇ। ਹਜੇ ਤੱਕ ਪੰਜਾਬ ਦੇ ਵਿੱਚ BJP ਅਕਾਲੀ ਦਲ ਦਾ ਕੋਈ ਗੱਠਜੋੜ ਨਹੀਂ ਹੋਇਆ। 22 ਮਾਰਚ ਨੂੰ ਅਕਾਲੀ ਦਲ ਵੱਲੋਂ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾਈ ਗਈ ਹੈ ਜਿੱਥੇ BJP ਦੇ ਨਾਲ ਗੱਠਬੰਧਨ ਹੋਏਗਾ ਜਾਂ ਨਹੀਂ ਇਸ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਏਗੀ ਅਤੇ ਗੱਠਬੰਧਨ ਜੇ ਹੋ ਜਾਂਦਾ ਹੈ ਤਾਂ ਮੁਕਾਬਲਾ 3 ਪੱਖੀ ਹੋਏਗਾ। ਅਤੇ ਜੇ ਅਸੀਂ ਸੁਨੀਲ ਜਾਖੜ ਸਾਹਿਬ ਦੀ ਗੱਲ ਮੰਨ ਲਈਏ, ਜੇ ਇਹਦੇ 'ਚ ਸੱਚਾਈ ਹੈ ਤਾਂ ਫਿਰ ਇਹ ਜਿਹੜੀ ਹੈ ਮੁਕਾਬਲਾ ਹੋਏਗਾ, 2 ਪੱਖੀ ਵੀ ਹੋ ਸਕਦਾ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਸਾਰੀਆਂ ਪਾਰਟੀਆਂ, ਖਾਸ ਕਰਕੇ ਸੱਤਾਧਾਰੀ ਪਾਰਟੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿਹੜੀਆਂ ਜਿੱਤੀਆਂ ਜਾਣ। ਹੁਣ 2019 ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਸਨ ਅਤੇ ਪੰਜਾਬ ਦੇ ਵਿੱਚ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ, 8 ਲੋਕ ਸਭਾ ਸੀਟਾਂ ਅਤੇ ਕਾਂਗਰਸ ਜੇਤੂ ਰਹੀ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਰਾ ਦੇ ਰਹੇ ਨੇ 13-0 ਦਾ, ਅਤੇ ਭਗਵੰਤ ਮਾਨ ਸਾਹਿਬ ਦੇ ਨਾਂ ਦੇ ਉੱਤੇ ਹੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਿਆ ਜਾ ਰਿਹਾ। ਕੇਜਰੀਵਾਲ ਸਾਹਿਬ ਨੇ ਆਪਣੇ ਆਪ ਨੂੰ ਇਸ ਵਾਰਾਂ ਪਰਾਂ ਕਰ ਲਿਆ। ਸਿਰਫ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਆਪਣੇ ਸਿਰ 'ਤੇ ਲੜਾਈ ਲੜ ਰਹੀ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਇਹਨਾਂ ਦਾ ਗੱਠਜੋੜ ਪੰਜਾਬ ਦੇ ਵਿੱਚ ਹੋ ਸਕਦਾ ਹੈ, ਪਰ ਦੋਵੇਂ ਪਾਰਟੀਆਂ ਦੇ ਲੀਡਰ
ਲਗਾਤਾਰ ਇਹ ਵਿਰੋਧ ਕਰ ਰਹੇ ਸਨ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸੀਆਂ ਨੂੰ ਆਪਣੇ ਦੇ ਵਿੱਚ ਸ਼ਾਮਿਲ ਕਰਾ ਰਹੀ ਹੈ, ਉੱਥੋਂ ਤੇ ਜਾਪਦਾ ਹੈ ਕਿਤੇ ਨਾ ਕਿਤੇ ਇਹ ਗੱਲ ਸੱਚੀ ਹੀ ਨਾ ਹੋ ਜਾਵੇ। ਬਾਕੀ ਥਾਵਾਂ 'ਤੇ ਲੜਕੇ ਜਿਹੜੇ ਇਕੱਠੇ ਲੜਕੇ ਲੜ ਰਹੇ ਨੇ, ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਫਲਤਾ ਮਿਲਦੀ ਹੈ ਜਾਂ ਨਹੀਂ ਮਿਲਦੀ। ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਦੇ ਵਿੱਚ ਹੁੰਦਾ ਹੈ, ਉੱਥੇ 3 ਵਾਰਾਂ ਸਰਕਾਰ ਬਣਾਈ ਅਤੇ ਮੁੱਖ ਮੰਤਰੀ 3 ਵਾਰਾਂ ਬਣੇ ਅਰਵਿੰਦ ਕੇਜਰੀਵਾਲ ਸਾਹਿਬ, ਪਰ ਉੱਥੇ 7 ਲੋਕ ਸਭਾ ਸੀਟਾਂ ਦੇ ਵਿੱਚੋਂ 1 ਵੀ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਜਿੱਤੀ ਅਤੇ ਇਸ ਵਾਰਾਂ ਉੱਥੇ 7 ਸੀਟਾਂ ਕਾਂਗਰਸ ਦੇ ਨਾਲ ਮਿਲ ਕੇ ਲੜੀਆਂ ਜਾ ਰਹੀਆਂ ਨੇ। 4 ਜਿਹੜੀਆਂ ਸੀਟਾਂ ਉੱਥੇ 'ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਦਿੱਲੀ ਦੇ ਵਿੱਚ, ਅਤੇ 3 ਦੇ ਉੱਤੇ ਲੜ ਰਹੀ ਹੈ ਕਾਂਗਰਸ। ਜਦ ਹੁਣ ਜਦੋਂ ਪਹਿਲੀ ਵਾਰਾਂ ਆਮ ਆਦਮੀ ਪਾਰਟੀ ਨੇ 2014 ਦੇ ਵਿੱਚ ਲੋਕ ਸਭਾ ਇਲੈਕਸ਼ਨ ਲੜੇ ਸਨ ਅਤੇ ਪੰਜਾਬ ਦੇ ਵਿੱਚ ਇਹਨਾਂ ਦੇ 4 MP ਪਹਿਲੀ ਵਾਰਾਂ ਬਣ ਗਏ ਸਨ, ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਲੜੇ ਸਨ, ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਸੀ। ਅਤੇ 2019 ਦੇ ਵਿੱਚ 5 ਸਾਲਾਂ ਦੇ ਵਿੱਚ ਹੀ ਸਿਰਫ 1 ਸੀਟ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿੱਚ ਰਹਿ ਗਈ ਸੀ, ਉਹ ਵੀ ਸੰਗਰੂਰ ਤੋਂ, ਅਤੇ ਉੱਥੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਜਿੱਤੇ ਸਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੀ ਇੱਛਾ ਮੁਤਾਬਕ ਸੀਟਾਂ ਨਹੀਂ ਮਿਲਦੀਆਂ ਤਾਂ ਕੀ ਕਈ MLA ਸਾਹਿਬਾਨਾਂ ਦੀ ਛੁੱਟੀ ਕਰ ਦਿੱਤੀ ਜਾਏਗੀ, ਕਈਆਂ ਦੀ ਚੇਅਰਮੈਨੀ ਖੋਈ ਜਾਏਗੀ? ਕਿਤੇ ਉਹ ਗੱਲ ਸੱਚ ਨਾ ਹੋ ਜਾਵੇ ਕਿ ਆਮ ਆਦਮੀ ਪਾਰਟੀ ਦੇ ਜੇਤੂ MLA ਦੂਜੀ ਪਾਰਟੀਆਂ ਦਾ ਰੁੱਖ ਕਰ ਲੈਣ, ਜਿਵੇਂ ਕਿ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਆਰੋਪ ਲਗਾਉਂਦੇ ਰਹੇ ਨੇ ਕਿ ਇੱਥੇ ਵੀ ਆਪਰੇਸ਼ਨ ਲੋਟਸ ਚੱਲ ਰਿਹਾ, 25-25 ਕਰੋੜ ਰੁਪਏ ਸਾਡੇ MLA ਸਾਹਿਬਾਨ ਨੂੰ ਆਫਰ ਹੋ ਰਿਹਾ, ਭ੍ਰਿਸ਼ਟਾਚਾਰ ਉਦਾਂ ਹੀ ਚੱਲ ਰਿਹਾ। ਇਹ ਵੀ ਸੱਚ ਹੈ ਪੰਜਾਬ ਦੇ ਵਿੱਚ ਇਸ ਦੇ ਉੱਤੇ, ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਕਿ ਭ੍ਰਿਸ਼ਟਾਚਾਰ ਖਤਮ ਹੋਏਗਾ, ਪਰ ਭ੍ਰਿਸ਼ਟਾਚਾਰ ਖਤਮ ਹੋਇਆ ਨਹੀਂ। ਸਿਰਫ MLA ਸਾਹਿਬਾਨ ਜਾਂ ਹਲਕਾ ਇੰਚਾਰਜਾਂ ਦੇ ਉੱਤੇ ਹੀ ਹਾਰ ਦੀ ਗੱਲ ਮੜ ਦੇਣਾ ਕਿੱਥੋਂ ਤੱਕ ਠੀਕ ਰਹੇਗਾ, ਜਦਕਿ ਇਸ ਦੇ ਵਿੱਚ ਸਰਕਾਰ ਦੀਆਂ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਸ਼ਾਮਲ ਹੁੰਦੀਆਂ ਨੇ। ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਧੀਆ ਕੰਮ ਕੀਤਾ, ਕਈ ਸਾਬਕਾ ਮੰਤਰੀਆਂ, ਉਪ ਮੁੱਖ ਮੰਤਰੀਆਂ, ਲੀਡਰਾਂ ਨੂੰ ਅਤੇ ਕਈ ਅਫਸਰਾਂ ਨੂੰ ਵੀ ਅੰਦਰ ਦਿੱਤਾ, ਪਰ ਲੋਕ ਜੋ ਉਮੀਦਾਂ ਆਮ ਆਦਮੀ ਪਾਰਟੀ ਕੋਲੋਂ ਕਰਦੇ ਸਨ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਉਮੀਦਾਂ ਹਜੇ ਵੀ ਬਾਕੀ ਨੇ। ਇਹ ਵੀ ਠੀਕ ਹੈ ਕਿ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹੈ ਆਮ ਆਦਮੀ ਪਾਰਟੀ ਵੱਲੋਂ, ਮੁਹੱਲਾ ਕਲੀਨਿਕ ਵੀ ਖੋਲ੍ਹੇ ਜਾ ਰਹੇ ਨੇ, ਪਰ ਸਕੂਲ ਆਫ ਐਮੀਨੈਂਸ ਜੇ ਤੁਸੀਂ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਬਣਾ ਵੀ ਦਿਓਗੇ ਤਾਂ ਪੰਜਾਬ ਦੇ ਵਿੱਚ ਨੇ 117 ਵਿਧਾਨ ਸਭਾ ਹਲਕੇ, ਅਤੇ ਉੱਥੇ ਦੇ ਬੱਚੇ ਪੜ੍ਹ ਲੈਣਗੇ ਸਕੂਲ ਆਫ ਐਮੀਨੈਂਸ ਦੇ ਵਿੱਚ, ਅਤੇ ਬਾਕੀ ਜਿਹੜੇ 20,000 ਸਕੂਲ ਦੇ ਕਰੀਬ ਸਰਕਾਰੀ ਸਕੂਲ ਨੇ ਉਹਨਾਂ ਬੱਚਿਆਂ ਦਾ ਕੀ, ਉਹ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਕਿਹਦੇ 'ਤੇ ਹੈ? ਆਪਣੇ ਜਿਹੜੇ ਐਜੂਕੇਸ਼ਨ ਮੰਤਰੀ ਨੇ ਪੰਜਾਬ ਦੇ ਹਰਜੋਤ ਬੈਂਸ ਸਾਹਿਬ, ਉਹ ਬਣ ਚੁੱਕੇ ਨੇ ਵਿਧਾਨ ਸਭਾ ਦੇ ਵਿੱਚ ਹੀ ਕਿ ਕਈ ਸਕੂਲਾਂ ਦੇ ਵਿੱਚ ਟੀਚਰ ਹੀ ਨੇ। ਹੁਣ ਸਵਾਲ ਇਹ ਵੀ ਹੈ, ਰੇਤਾ ਉਦੋਂ ਕੇਜਰੀਵਾਲ ਸਾਹਿਬ ਕਹਿੰਦੇ ਸਨ ਕਿ ਪੰਜਾਬ ਦੇ ਵਿੱਚ ਸਸਤੀ ਕਰ ਦਿਆਂਗੇ ਅਤੇ 20,000 ਕਰੋੜ ਰੁਪਏ ਦਾ ਰੈਵੀਨਿਊ ਰੇਤਾ ਤੋਂ ਪੰਜਾਬ ਸਰਕਾਰ ਨੂੰ ਆਏਗਾ। ਹੁਣ ਸਵਾਲ ਇਹ ਹੈ ਕਿ ਰੇਤਾ ਸਸਤੀ ਨਹੀਂ ਹੋਈ, ਸਗੋਂ ਮਹਿੰਗੀ ਹੋ ਗਈ। ਜਿੰਨੀ ਰੇਤ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਮਹਿੰਗੀ ਹੋਈ ਹੈ, ਇੰਨੀ ਮਹਿੰਗੀ ਰੇਤ 'ਤੇ ਕਾਂਗਰਸ ਦੀ ਸਰਕਾਰ ਵੇਲੇ ਵੀ ਨਹੀਂ ਸੀ। ਨਸ਼ਾ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਰਿਹਾ, ਕਿਸੇ ਰਾਕਸ਼ਸ ਵਾਂਗੂ ਇਹ ਖਲੋਤਾ। ਹਰ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਚਿੱਟੇ ਦੇ ਨਾਲ ਜਾਂ ਨਸ਼ੇ ਦੇ ਟੀਕੇ ਦੇ ਨਾਲ ਇਹ ਮੌਤ ਹੋਈ ਹੈ, ਇਹ ਖਬਰ ਆ ਜਾਂਦੀ ਹੈ। ਜੇਲ੍ਹਾਂ ਵਿੱਚੋਂ ਬਹਿ ਕੇ ਗੈਂਗਸਟਰ ਆਪਣਾ ਨੈਟਵਰਕ ਚਲਾ ਰਹੇ ਨੇ, ਜੇਲ੍ਹਾਂ ਦੇ ਵਿੱਚੋਂ ਫਰੌਤੀਆਂ ਮੰਗੀਆਂ ਜਾ ਰਹੀਆਂ, ਰੇਤ ਮਾਫੀਆ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਜੇਲ੍ਹਾਂ ਦੇ ਵਿੱਚੋਂ ਮੋਬਾਈਲ ਹਜੇ ਵੀ ਉਸ ਤਰ੍ਹਾਂ ਹੀ ਮਿਲ ਰਹੇ ਨੇ। 1,000 ਰੁਪਇਆ ਮਹਿਲਾਵਾਂ ਨੂੰ ਨਹੀਂ ਦਿੱਤਾ ਗਿਆ,
ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਵਾਸਤੇ ਵੀ ਇਸ ਵਾਰ ਰਸਤਾ ਸੌਖਾ ਨਹੀਂ ਹੋਏਗਾ, ਕਿਉਂਕਿ 2022 ਦੇ ਵਿੱਚ ਤਾਂ ਇਹ ਕਹਿ ਕੇ ਕੰਮ ਇਹਨਾਂ ਨੇ ਚਲਾ ਲਿਆ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ, ਇਸੇ ਕਰਕੇ ਪੰਜਾਬ ਕਰਜ਼ਦਾਰ ਹੋ ਗਿਆ। ਹੁਣ ਆਮ ਆਦਮੀ ਪਾਰਟੀ ਨੂੰ ਵੀ 2 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਸੱਤਾ ਚਲਾਉਂਦਿਆਂ, ਅਤੇ ਕਰਜ਼ਾ ਲਾਉਣ ਦੀ ਬਜਾਏ ਇਹਨਾਂ ਨੇ 60-70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਹੋਰ ਚੜਾ ਦਿੱਤਾ। ਜੇ ਇਸੇ ਤਰ੍ਹਾਂ ਹੀ ਕਰਜ਼ਾ ਲੈਂਦੇ ਰਹੇ ਤਾਂ ਫਿਰ ਤਾਂ ਅਗਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਹੋਰ ਵੀ ਕਰਜ਼ਾ ਚੜ ਜਾਏਗਾ, ਕਰਜ਼ਾ ਕਿਤੇ 5 ਲੱਖ ਕਰੋੜ ਨਾ ਹੋ ਜਾਏ। ਜਿਹੜਾ ਬੱਚਾ ਅੱਜ ਪੰਜਾਬ ਦੇ ਵਿੱਚ ਜਨਮ ਲੈਂਦਾ, ਜੰਮਦੇ ਬੱਚੇ ਦੇ ਉੱਤੇ ਹੀ 1 ਲੱਖ ਤੋਂ ਵੱਧ ਕਰਜ਼ਾ ਜਿਹੜਾ ਹੁੰਦਾ। ਹੁਣ ਆਮ ਆਦਮੀ ਪਾਰਟੀ ਲਈ ਵੀ ਉਹਨਾਂ ਸੌਖਾ ਨਹੀਂ ਹੋਏਗਾ ਜਿੰਨਾ ਸੌਖਾ ਇਹਨਾਂ ਲਈ 2022 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਹੋਇਆ ਸੀਗਾ। ਹੁਣ ਗੱਲ ਕਰਾਂਗੇ ਕਾਂਗਰਸ ਦੀ। ਕਾਂਗਰਸ ਦੇ ਵਿੱਚ ਵੀ ਬੁਰੀ ਤਰ੍ਹਾਂ ਫੁੱਟ ਪਈ ਹੋਈ ਹੈ। ਵੱਡੇ ਲੀਡਰ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਸੁਨੀਲ ਜਾਖੜ, ਇਹ ਸਾਰੇ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ, ਅਤੇ ਨਵਜੋਤ ਸਿੰਘ ਸਿੱਧੂ ਪਹਿਲੇ ਕਹਿ ਚੁੱਕੇ ਨੇ ਕਿ ਮੈਂ ਲੋਕ ਸਭਾ ਇਲੈਕਸ਼ਨ ਨਹੀਂ ਲੜਨਾ, ਮੈਂ ਲੋਕ ਸਭਾ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਅਤੇ ਕੀ ਹੁਣ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟਾਂ ਦੇਵੇਗੀ? ਅਤੇ ਫਿਰ ਜੇ ਇਹਨਾਂ ਨੂੰ ਟਿਕਟਾਂ ਮਿਲਦੀਆਂ ਤਾਂ ਫਿਰ ਕੀ ਇਹ ਜਿੱਤਣਗੇ? ਇਹਨਾਂ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਸਨ ਡਿਪਟੀ LOP ਰਾਜਕੁਮਾਰ ਚੱਬੇਵਾਲ, ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਨੇ। ਗੁਰਪ੍ਰੀਤ ਸਿੰਘ ਜੀਪੀ, ਉਹ ਵੀ ਆਮ ਆਦਮੀ ਪਾਰਟੀ ਜਾ ਚੁੱਕੇ ਨੇ। ਅਤੇ ਪਿਛਲੇ ਸਾਲ ਜਦੋਂ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਸਨ, ਸੁਸ਼ੀਲ ਰਿੰਕੂ ਸਾਹਿਬ, ਉਹ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਵੇਂ ਕਿ 8 ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ, ਇਹਨਾਂ ਦੇ ਕੋਲ ਵੀ ਉਮੀਦਵਾਰਾਂ ਦੀ ਖਾਸੀ ਕਮੀ ਹੈ। ਅਤੇ ਕਿਤੇ ਨਾ ਕਿਤੇ ਜਾਖੜ ਸਾਹਿਬ ਦੀ ਉਹ ਗੱਲ ਸਾਨੂੰ ਸੱਚ ਜਾਪਦੀ ਹੈ ਕਿ ਇਹ ਆਪਸ ਦੇ ਵਿੱਚ ਮਿਲ ਕੇ ਇਲੈਕਸ਼ਨ ਲੜਨਗੇ ਪੰਜਾਬ ਦੇ ਵਿੱਚ ਵੀ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੁੱਲ ਮਿਲਾ ਕੇ ਹੁਣ ਕਾਂਗਰਸ ਦੇ ਅੱਗੇ ਵੀ ਸੰਕਟ ਘੱਟ ਨਹੀਂ ਹੈ, ਕਿਉਂਕਿ ਜਿਹੜੇ ਵਾਅਦੇ ਕਰਕੇ ਕਾਂਗਰਸ ਨੇ 2017 ਦੇ ਵਿੱਚ ਸਰਕਾਰ ਬਣਾਈ ਸੀ, ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਮੈਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗਾ ਅਤੇ ਨਸ਼ਾ ਜਿਹੜਾ ਖਤਮ ਕਰ ਦੂੰਗਾ। ਉਹਨਾਂ ਨੇ ਗੁਟਕਾ ਸਾਹਿਬ ਲੈ ਕੇ ਸੌਂ ਵੀ ਖਾਧੀ ਸੀ, ਅਤੇ ਪਰ ਕਾਂਗਰਸੀ ਲੁੱਟ ਕਸੁੱਟ ਕਰਨ ਦੇ ਵਿੱਚ ਹੀ ਲੱਗ ਰਹੇ। ਕਿਸ ਤਰ੍ਹਾਂ ਇਹਨਾਂ ਨੇ ਪੈਸਾ ਬਣਾਇਆ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਇਹ ਆਪਸ ਦੇ ਵਿੱਚ ਹੀ ਲੜ ਰਹੇ ਨੇ। ਨਵਜੋਤ ਸਿੰਘ ਸਿੱਧੂ ਤਾਂ ਕਹਿ ਚੁੱਕੇ ਨੇ ਕਿ ਮੈਂ ਇਲੈਕਸ਼ਨ ਨਹੀਂ ਲੜਨਾ। ਕਿਸ ਤਰ੍ਹਾਂ ਉਹਨਾਂ ਨੇ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਆਰੋਪ ਲਾਏ ਸਨ, ਅਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੇ ਥੱਲੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਵੀ ਪਿਆ ਸੀ, ਅਤੇ ਪਾਰਟੀ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢਣ ਦੀਆਂ ਵੀ ਗੱਲਾਂ ਹੋ ਰਹੀਆਂ, ਪਰ ਆਲਾ ਕਮਾਨ ਚੁੱਪ ਬੈਠਾ ਹੋਇਆ। ਅੰਮ੍ਰਿਤਸਰ ਦੇ ਵਿੱਚ ਵੀ ਕਿਸ ਤਰ੍ਹਾਂ ਕਾਂਗਰਸੀ ਆਪਸ ਦੇ ਵਿੱਚ ਲੜ ਰਹੇ ਨੇ। ਗੁਰਜੀਤ ਸਿੰਘ ਔਜਲਾ ਜਿਹੜੇ ਕਿ 2 ਵਾਰ ਦੇ MP ਨੇ, ਕਾਂਗਰਸੀ ਕਹਿੰਦੇ ਨੇ ਕਿ ਗੁਰਜੀਤ ਸਿੰਘ ਔਜਲਾ ਦੀ ਟਿਕਟ ਕੱਟ ਕੇ ਡਿਪਟੀ CM ਸਾਬਕਾ ਜਿਹੜੇ ਓਮ ਪ੍ਰਕਾਸ਼ ਸੋਨੀ ਨੂੰ ਦੇ ਦਿਓ। ਭਲਾ ਉਹ ਕਿਉਂ? ਕਿ ਇਹ ਦੱਸਣ ਕਾਂਗਰਸੀ ਗੁਰਜੀਤ ਸਿੰਘ ਔਜਲਾ ਦੇ ਉੱਤੇ ਕੋਈ ਭ੍ਰਿਸ਼ਟਾਚਾਰ ਦੇ ਆਰੋਪ ਨੇ? ਉਹ ਗੈਂਗਸਟਰਾਂ ਨੂੰ ਸੁਰੱਖਿਆ ਦਿੰਦਾ, ਉਹ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਦਾ, ਭ੍ਰਿਸ਼ਟਾਚਾਰ ਕਰਾਉਂਦਾ, ਉਹ ਕਿਹੜਾ ਗਲਤ ਕੰਮ ਕਰ ਦਿੰਦਾ ਕਿ ਜਿਹਦੇ ਕਰਕੇ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਨਾ ਦਿੱਤੀ ਜਾਏ? ਹੁਣ ਗੱਲ ਇਹ ਵੀ ਕਰਾਂਗੇ BJP ਦੀ ਵੀ। BJP ਦਾ ਆਧਾਰ ਸ਼ਹਿਰਾਂ ਦੇ ਵਿੱਚ ਤਾਂ ਹੈ, ਪਰ ਪਿੰਡਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਆਧਾਰ ਨਹੀਂ ਹੈ। ਅਕਾਲੀ ਦਲ ਦੇ ਨਾਲ ਗਠਬੰਧਨ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਪਰ ਹਜੇ ਤੱਕ ਇਹ ਚਰਚਾਵਾਂ ਸਿਰਫ ਚਰਚਾਵਾਂ ਤੱਕ ਹੀ ਸੀਮਿਤ ਨੇ। ਦੋਵੇਂ ਪਾਰਟੀਆਂ ਭਾਵੇਂ ਅੰਦਰ ਖਾਤੇ ਚਾਹੁੰਦੀਆਂ ਨੇ ਕਿ ਸਾਡਾ ਗੱਠਜੋੜ ਹੋ ਜਾਏ, ਪਰ ਕੌਣ ਕਿੱਥੋਂ ਕਿੰਨੀਆਂ ਸੀਟਾਂ 'ਤੇ ਲੜੇਗਾ ਇਹ ਵੀ ਪੇਚ ਫਸਿਆ ਹੋਇਆ। ਪਿੱਛੇ ਖਬਰ ਆਈ ਸੀ ਕਿ ਇਹਨਾਂ ਦਾ ਸਮਝੌਤਾ ਲਗਭਗ ਤੈਅ ਹੋ ਗਿਆ, ਸਿਰਫ ਐਲਾਨ ਹੀ ਬਾਕੀ ਹੈ। ਅਕਾਲੀ ਦਲ ਲੜੇਗਾ 8 ਸੀਟਾਂ 'ਤੇ ਅਤੇ BJP ਨੂੰ ਮਿਲਣਗੀਆਂ 5 ਸੀਟਾਂ, ਪਰ ਮਾਮਲਾ ਫਿਰ ਫਸ ਗਿਆ, ਕਿਉਂਕਿ
ਇੱਕ ਪਾਸੇ ਤੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਨੇ ਤੇ ਦੂਜੇ ਪਾਸੇ ਬੰਦੀ ਸਿੰਘਾਂ ਦਾ ਮਾਮਲਾ ਹੈ। ਇਸ ਕਰਕੇ ਅਕਾਲੀ ਦਲ ਫਿਲਹਾਲ ਕੋਈ ਫੈਸਲਾ ਨਹੀਂ ਲੈ ਪਾ ਰਿਹਾ। ਕੁੱਲ ਮਿਲਾ ਕੇ ਚੋਣਾਂ ਬੜੀਆਂ ਹੀ ਦਿਲਚਸਪ ਹੋਣਗੀਆਂ। ਲੋਕ ਵੀ ਆਪਣਾ ਇਸ ਵਾਰੀ ਪੱਖ ਨਹੀਂ ਦੱਸ ਰਹੇ ਕਿ ਅਸੀਂ ਕਿਸ ਨੂੰ ਵੋਟ ਪਾਉਣੀ ਹੈ। ਕੁਲਦੀਪ ਧਾਲੀਵਾਲ ਸਾਹਿਬ, ਭਾਵੇਂ 2 ਸਾਲਾਂ ਦੀਆਂ ਕਾਰਗੁਜ਼ਾਰੀਆਂ ਦੇ ਨਾਂ 'ਤੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਕੋਲੋਂ ਵੋਟ ਮੰਗ ਰਹੇ ਨੇ ਅਤੇ ਆਪਣੇ ਆਪ ਨੂੰ ਆਮ ਘਰਾਂ ਦੇ ਕਾਕੇ ਦੱਸ ਰਹੇ ਨੇ, ਪਰ ਜੇ ਤੁਸੀਂ ਉਹਨਾਂ ਨਾਲ ਲਾਭ ਲਸ਼ਕਰ ਦੇਖੋ, ਉਹਨਾਂ ਦੀ ਸਿਕਿਉਰਿਟੀ ਦੇਖੋ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕਿੰਨੇ ਕੁ ਆਮ ਘਰਾਂ ਦੇ ਕਾਕੇ ਨੇ। ਹੁਣ ਸਰਕਾਰ ਦੇ ਜਿੱਥੇ ਚੰਗੇ ਕੰਮ ਵੀ ਕੀਤੇ ਨੇ, ਉੱਥੇ ਸਰਕਾਰ ਦੀ ਆਲੋਚਨਾ ਵੀ ਹੋਈ ਹੈ। ਅੱਜ ਜੇ ਗੱਲ ਕਰੀਏ ਸੁਨੀਲ ਜਾਖੜ ਸਾਹਿਬ ਦੀ, ਉਹਨਾਂ ਨੇ ਅੱਜ ਹੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਅਤੇ ਇਹ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਗਠਬੰਧਨ ਕਰ ਸਕਦੀਆਂ ਅਤੇ ਆਮ ਆਦਮੀ ਪਾਰਟੀ ਜਿਹੜੇ ਆਪਣੇ ਇਹਨਾਂ ਨੇ ਉਮੀਦਵਾਰ ਐਲਾਨੇ ਨੇ ਉਹਨਾਂ ਨੂੰ ਬਦਲਿਆ ਵੀ ਜਾ ਸਕਦਾ। ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦੋਵਾਂ ਵਿਚਾਲੇ ਅੰਦਰੂਨੀ ਗੱਲਬਾਤ ਵੀ ਚੱਲ ਰਹੀ ਹੈ ਅਤੇ ਦਿੱਲੀ ਦੇ ਵਿੱਚ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਜਾਖੜ ਸਾਹਿਬ ਦਾ। ਅਤੇ ਇਹ ਵੀ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧੋਖਾ ਦਿੱਤਾ, ਪੰਜਾਬ ਦੇ ਵਿੱਚ ਲੋਕਾਂ ਦੇ ਹੱਕਾਂ ਲਈ ਬੀਜੇਪੀ ਹੀ ਲੜ ਸਕਦੀ ਹੈ, ਐਸਾ ਜਾਖੜ ਸਾਹਿਬ ਦਾ ਕਹਿਣਾ। ਉਹਨਾਂ ਦਾ ਇਹ ਵੀ ਕਹਿਣਾ ਕਿ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇੱਕ ਦਿਨ ਪਹਿਲਾਂ ਦਿੱਲੀ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਬੈਠਕ ਹੋਈ ਹੈ। ਬੈਠਕ ਦੇ ਵਿੱਚ ਚਰਚਾ ਕੀਤੀ ਗਈ ਕਿ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਉਤਾਰੇ ਗਏ 8 ਉਮੀਦਵਾਰਾਂ ਦੀਆਂ ਗਰਾਊਂਡ ਰਿਪੋਰਟਾਂ ਬਹੁਤ ਚੰਗੀਆਂ ਨਹੀਂ ਨੇ, ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਅਜਿਹੇ ਦੇ ਵਿੱਚ ਚਿਹਰੇ ਬਦਲੇ ਜਾ ਸਕਦੇ ਨੇ। ਇਸ ਦੇ ਨਾਲ ਹੀ ਉਹਨਾਂ ਦੀ ਸਮੁੱਚੀ ਅਜੇ ਜਿਹੜੀ ਹੈ ਸੂਚੀ ਫਾਈਨਲ ਨਹੀਂ ਹੋਈ ਹੈ। ਹੁਣ ਉਹਨਾਂ ਦਾ ਇਹਨਾਂ ਦਾ ਗਠਬੰਧਨ ਹੋਏਗਾ ਕਿ ਨਹੀਂ ਹੋਏਗਾ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਜਾਖੜ ਸਾਹਿਬ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੋਰਨਾਂ ਥਾਵਾਂ 'ਤੇ ਆਪਸ 'ਚ ਮਿਲ ਕੇ ਲੜ ਰਹੇ ਨੇ, ਇਸੇ ਤਰ੍ਹਾਂ ਹੀ ਇਹਨਾਂ ਦਾ ਗੱਠਜੋੜ ਪੰਜਾਬ ਦੇ ਵਿੱਚ ਵੀ ਹੋਵੇਗਾ। ਜਾਖੜ ਸਾਹਿਬ ਇਹ ਵੀ ਕਹਿੰਦੇ ਨੇ ਜੇ ਕੋਈ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਹਿਣਾ ਹੈ ਕਿ ਉਹ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ, ਪਰ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਵਤੀਰਾ ਸਾਰਿਆਂ ਨੇ ਵੇਖਿਆ। ਉਹਨਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪ੍ਰਧਾਨ ਨੂੰ ਧਮਕੀ ਦੇ ਰਹੇ ਹਨ ਕਿ ਉਹ 2 ਦਿਨਾਂ ਦੇ ਵਿੱਚ ਚੁੱਪ ਹੋ ਜਾਣਗੇ, ਇਸ ਤੋਂ ਬਾਅਦ ਕਾਂਗਰਸ ਦੇ ਡਿਪਟੀ LOP ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਅੱਜ ਉਹਨਾਂ ਨੇ ਫਿਰ ਵਕਾਲਤ ਕੀਤੀ ਹੈ ਕਿ ਅਕਾਲੀ ਦਲ ਅਤੇ BJP ਦਾ ਗੱਠਜੋੜ ਹੋਣਾ ਚਾਹੀਦਾ ਅਤੇ ਇਸ ਬਾਰੇ ਗੱਲ ਵੀ ਚੱਲ ਰਹੀ ਹੈ ਅਤੇ ਫੈਸਲਾ ਦਿੱਲੀ ਦੇ ਵਿੱਚ ਲਿਆ ਜਾਣਾ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਦੋਵੇਂ ਪਾਰਟੀਆਂ ਆਪਣੀ ਆਪਣੀ ਥਾਂ ਦੇ ਉੱਤੇ ਤਿਆਰੀ ਵੀ ਕਰ ਰਹੀਆਂ ਨੇ, ਜੇ ਗੱਠਬੰਧ ਹੋਇਆ ਤਾਂ ਵੀ ਠੀਕ ਹੈ, ਜੇ ਨਾ ਹੋਇਆ ਤਾਂ ਵੀ ਠੀਕ ਹੈ। ਹੁਣ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਅਕਾਲੀ ਦਲ ਵੱਲੋਂ 22 ਮਾਰਚ ਨੂੰ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾਈ ਗਈ ਹੈ, ਇਹ ਬੈਠਕ ਚੰਡੀਗੜ੍ਹ ਦੇ ਵਿੱਚ ਹੋਏਗੀ। ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਇਲੈਕਸ਼ਨ ਲੜਨੇ ਨੇ, ਇਹਦੀ ਰਣਨੀਤੀ ਬਣਾਈ ਜਾਏਗੀ, ਇਹ ਵੀ ਕਿਹਾ ਜਾ ਰਿਹਾ ਕਿ ਇਸ ਬੈਠਕ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਤੇ ਗੱਲਬਾਤ ਹੋਏਗੀ, ਨਾਲ ਹੀ ਨਾਲ ਸੁਖਬੀਰ ਸਿੰਘ ਬਾਦਲ ਗਠਬੰਧਨ ਨੂੰ ਲੈ ਕੇ ਵੀ ਵੱਡਾ ਐਲਾਨ ਕਰ ਸਕਦੇ ਨੇ। ਹੁਣ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜੀ ਇਹ ਦਿਲਚਸਪ ਰਹੇਗੀ ਲੜਾਈ, ਹੁਣ ਵੇਖਣਾ ਹੈ ਕਿ ਜਾਖੜ ਸਾਹਿਬ ਜੋ ਕਹਿ ਰਹੇ ਨੇ ਉਹ ਠੀਕ ਹੈ, ਇਹ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਹਜੇ ਆਮ ਆਦਮੀ ਪਾਰਟੀ ਨੇ ਤੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕੀਤਾ, 5 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਜਾਣੇ ਬਾਕੀ ਨੇ। ਕਾਂਗਰਸ ਨੇ ਆਪਣੀ ਕਿਸੇ ਵੀ ਸੀਟ ਦੇ ਉੱਤੇ ਹਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ ਅਤੇ ਕੀ ਇਹਨਾਂ ਦਾ ਗੱਠਜੋੜ ਹੋਏਗਾ ਕਿ ਨਹੀਂ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਹੁਣ ਦੂਜੇ ਪਾਸੇ ਅਕਾਲੀ BJP ਦਾ ਗਠਬੰਧਨ ਹੋਏਗਾ ਕਿ ਨਹੀਂ, ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਕੁੱਲ ਮਿਲਾ ਕੇ ਲੋਕਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਪੰਜਾਬ ਦੇ ਭਲੇ ਵਾਸਤੇ ਆਪਣੇ ਲੀਡਰ ਨੂੰ ਚੁਣਿਓ, ਉਹਨੂੰ ਪੁੱਛਿਓ ਕਿ ਕਿੰਨੇ ਸਾਲ ਸਾਨੂੰ ਗਲੀਆਂ ਨਾਲੀਆਂ ਸੀਵਰੇ ਦੇ ਵਿੱਚ ਹੀ ਰਹਿਣ ਦਿੱਤਾ ਜਾਏਗਾ। ਆਖਿਰਕਾਰ ਉਹ ਜਿਹੜੇ ਭ੍ਰਿਸ਼ਟ ਲੋਕ ਨੇ
ਜਿਹੜੇ ਪੰਜਾਬ ਦਾ ਪੈਸਾ ਲੁੱਟ ਲੁੱਟ ਖਾ ਗਏ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਕਿ ਨਹੀਂ, ਉਹ ਪੈਸਾ ਵਾਪਸ ਆਏਗਾ ਕਿ ਨਹੀਂ, ਪੰਜਾਬ ਕਰਜ਼ ਦੀ ਦਲਦਲ ਤੋਂ ਬਾਹਰ ਨਿਕਲੇਗਾ ਕਿ ਨਹੀਂ, ਪੰਜਾਬ ਦੇ ਵਿੱਚ ਰੇਤਾ ਸਸਤੀ ਹੋਏਗੀ ਕਿ ਨਹੀਂ, ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਉਹਨਾਂ ਵੱਡੇ ਮਗਰਮੱਛਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਕਿ ਨਹੀਂ। ਇਹ ਬਹੁਤ ਸਾਰੇ ਸਵਾਲ ਨੇ ਜਿਹਦਾ ਜਵਾਬ ਜਨਤਾ ਨੂੰ ਇਹਨਾਂ ਲੀਡਰਾਂ ਕੋਲੋਂ ਪੁੱਛਣਾ ਚਾਹੀਦਾ। ਸਾਨੂੰ ਤੇ ਉਜਾਗਰ, ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।